ਆ ਕੁੱਲੜ ਪੀਜੇ ਵਾਲਿਆਂ ਦੀ ਹੁਣ ਵੀਡੀਓ ਵਾਇਰਲ ਹੋ ਗਈ। ਬਹੁਤ ਬੰਦੇ ਸਿੰਪਥੀ ਜਿਤਾ ਰਹੇ ਆ, ਨਾ ਸ਼ੇਅਰ ਕਰੋ, ਡਿਲੀਟ ਕਰ ਦੋ, ਉੱਥੇ ਜਿਹਨੂੰ ਆਉਂਦੀ ਡਿਲੀਟ ਕਰ ਦੋ ਹੈ। ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕਹਿੰਦਿਆਂ ਨੂੰ ਵੀ ਆਪਣੀਆਂ ਜਨਾਨੀਆਂ ਨਾ ਪ੍ਰਮੋਟ ਕਰੋ, ਜਿਹੜੇ ਆ ਬਲੌਗ ਬਣਾਉਂਦੇ ਆ। ਕਿੰਨਾ ਚਿਰ ਹੋ ਗਿਆ ਸਾਰੇ ਇਹਨਾਂ ਨੂੰ ਕਹਿੰਦੇ ਜਨਾਨੀਆਂ ਦੇ ਸਿਰ ਤੇ ਫੋਲੋਵਰ ਨਾ ਲਓ, ਨਾ ਜਨਾਨੀਆਂ ਨੂੰ ਪ੍ਰਮੋਟ ਕਰੋ। ਤੇ ਪ੍ਰਮੋਟ ਵੀ ਕਿਵੇਂ ਕਰਦੇ ਆ? ਆਹ ਦੇਖੋ ਇਹਨੇ ਰੋਟੀ ਬਣਾਈ ਆ, ਆਹ ਦੇਖੋ ਇਹਨੇ ਦਾਲ ਬਣਾਈ, ਆਹ ਦੇਖੋ ਇਹਨੇ ਨਵਾਂ ਸੂਟ ਲਿਆ। ਉਦੋਂ ਕਦੋਂ ਦੇ ਲੋਕੀ ਕਹਿੰਦੇ ਵੀ ਨਾ ਕਰੋ ਨਾ ਕਰੋ, ਜਨਾਨੀਆਂ ਸਿਰੋਂ ਨਾ ਲਓ, ਹਨਾ। ਤੇ ਸਾਡੇ ਵਰਗੇ ਕੀ ਕਹਿ ਦਿੰਦੇ ਆ, ਇਹ ਆਹ ਦਿਖਾਈ ਜਾਂਦੇ ਰੋਟੀ ਬਣਾਉਂਦੀ ਦਿਖਾਈ ਜਾਂਦੇ, ਆਹ ਦਿਖਾਈ ਨੀ। ਤੇ ਬੈਡਰੂਮ ਚ ਵੀ ਬਣਾ ਦਿਆ ਕਰੋ ਬਲੌਗਿੰਗ। ਹੁਣ ਅਗਲੇ ਨੇ ਬੈਡਰੂਮ ਚ ਬਲੌਗਿੰਗ ਬਣਾਤੀ, ਕਹਿਤਾ ਜੇ ਮੈਂ ਹੂੰ, ਜੇ ਗੋਪੀ ਹੈ। ਤੇ ਹੁਣ ਆ ਸਿੰਪਥੀ ਵਾਲੇ, ਨਾ ਇਵੇਂ ਨਾ ਕਰੋ, ਇਵੇਂ ਨਾ ਕਰੋ, ਇਵੇਂ ਨਾ ਕਰੋ, ਕੀ ਨਾ ਕਰੀਏ ਯਾਰ। ਅਗਲਾ ਕਹਿਣ ਡਿਆ ਗਾਈਸ ਜੇ ਮੈਂ ਹੂੰ, ਗਾਈਸ ਗਾਈਸ ਕੌਣ ਆ ਜਿਹੜੇ ਅਸੀਂ ਦੇਖਦੇ ਆ ਬਲੌਗ? ਸਾਨੂੰ ਭਾਈ ਉਹਨੇ ਗਾਈਸ, ਜੇ ਹੁਣ ਅਸੀਂ ਸ਼ੇਅਰ ਨਾ ਕਰੀਏ ਕੀ ਕਰੀਏ ਬਈ, ਹੈਂ ਨਾ। ਬਾਹਲੇ ਸਿਆਣੇ ਨਾ ਬਣਿਆ ਕਰੋ ਹਰੇਕ ਗੱਲ ਵਿੱਚ, ਇੰਨਾ ਚਿਰ ਹੋ ਗਿਆ ਰੌਲਾ ਪਾਈ ਜਾਂਦੇ ਆ, ਨਾਰਲ ਹੋ ਗਏ। ਬਹੁਤ ਬੰਦੇ ਸਿੰਪਥੀ ਜਿਤਾ ਰਹੇ ਆ, ਨਾ ਸ਼ੇਅਰ ਕਰੋ, ਡਿਲੀਟ ਕਰ ਦੋ, ਉੱਥੇ ਜਿਹਨੂੰ ਆਉਂਦੀ ਡਿਲੀਟ ਕਰ ਦੋ ਹੈ। ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕਹਿੰਦਿਆਂ ਨੂੰ ਵੀ ਆਪਣੀਆਂ ਜਨਾਨੀਆਂ ਨਾ ਪ੍ਰਮੋਟ ਕਰੋ, ਜਿਹੜੇ ਆ ਬਲੌਗ ਬਣਾਉਂਦੇ ਆ। ਕਿੰਨਾ ਚਿਰ ਹੋ ਗਿਆ ਸਾਰੇ ਇਹਨਾਂ ਨੂੰ ਕਹਿੰਦੇ ਜਨਾਨੀਆਂ ਦੇ ਸਿਰ ਤੇ ਫੋਲੋਵਰ ਨਾ ਲਓ, ਨਾ ਜਨਾਨੀਆਂ ਨੂੰ ਪ੍ਰਮੋਟ ਕਰੋ। ਤੇ ਪ੍ਰਮੋਟ ਵੀ ਕਿਵੇਂ ਕਰਦੇ ਆ? ਆਹ ਦੇਖੋ ਇਹਨੇ ਰੋਟੀ ਬਣਾਈ ਆ, ਆਹ ਦੇਖੋ ਇਹਨੇ ਦਾਲ ਬਣਾਈ, ਆਹ ਦੇਖੋ ਇਹਨੇ ਨਵਾਂ ਸੂਟ ਲਿਆ। ਉਦੋਂ ਕਦੋਂ ਦੇ ਲੋਕੀ ਕਹਿੰਦੇ ਵੀ ਨਾ ਕਰੋ ਨਾ ਕਰੋ, ਜਨਾਨੀਆਂ ਸਿਰੋਂ ਨਾ ਲਓ, ਹਨਾ। ਤੇ ਸਾਡੇ ਵਰਗੇ ਕੀ ਕਹਿ ਦਿੰਦੇ ਆ, ਇਹ ਆਹ ਦਿਖਾਈ ਜਾਂਦੇ ਰੋਟੀ ਬਣਾਉਂਦੀ ਦਿਖਾਈ ਜਾਂਦੇ, ਆਹ ਦਿਖਾਈ ਨੀ। ਤੇ ਬੈਡਰੂਮ ਚ ਵੀ ਬਣਾ ਦਿਆ ਕਰੋ ਬਲੌਗਿੰਗ। ਹੁਣ ਅਗਲੇ ਨੇ ਬੈਡਰੂਮ ਚ ਬਲੌਗਿੰਗ ਬਣਾਤੀ, ਕਹਿਤਾ ਜੇ ਮੈਂ ਹੂੰ, ਜੇ ਗੋਪੀ ਹੈ। ਤੇ ਹੁਣ ਆ ਸਿੰਪਥੀ ਵਾਲੇ, ਨਾ ਇਵੇਂ ਨਾ ਕਰੋ, ਇਵੇਂ ਨਾ ਕਰੋ, ਇਵੇਂ ਨਾ ਕਰੋ, ਕੀ ਨਾ ਕਰੀਏ ਯਾਰ। ਅਗਲਾ ਕਹਿਣ ਡਿਆ ਗਾਈਸ ਜੇ ਮੈਂ ਹੂੰ, ਗਾਈਸ ਗਾਈਸ ਕੌਣ ਆ ਜਿਹੜੇ ਅਸੀਂ ਦੇਖਦੇ ਆ ਬਲੌਗ? ਸਾਨੂੰ ਭਾਈ ਉਹਨੇ ਗਾਈਸ, ਜੇ ਹੁਣ ਅਸੀਂ ਸ਼ੇਅਰ ਨਾ ਕਰੀਏ ਕੀ ਕਰੀਏ ਬਈ, ਹੈਂ ਨਾ। ਬਾਹਲੇ ਸਿਆਣੇ ਨਾ ਬਣਿਆ ਕਰੋ ਹਰੇਕ ਗੱਲ ਵਿੱਚ, ਇੰਨਾ ਚਿਰ ਹੋ ਗਿਆ ਰੌਲਾ ਪਾਈ ਜਾਂਦੇ ਆ, ਨਾ ਦੇ ਸਿੰਪਥੀ ਜਿਤਾ ਰਹੇ ਆ, ਨਾ ਸ਼ੇਅਰ ਕਰੋ, ਡਿਲੀਟ ਕਰ ਦੋ, ਉੱਥੇ ਜਿਹਨੂੰ ਆਉਂਦੀ ਡਿਲੀਟ ਕਰ ਦੋ ਹੈ। ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕਹਿੰਦਿਆਂ ਨੂੰ ਵੀ ਆਪਣੀਆਂ ਜਨਾਨੀਆਂ ਨਾ ਪ੍ਰਮੋਟ ਕਰੋ, ਜਿਹੜੇ ਆ ਬਲੌਗ ਬਣਾਉਂਦੇ ਆ। ਕਿੰਨਾ ਚਿਰ ਹੋ ਗਿਆ ਸਾਰੇ ਇਹਨਾਂ ਨੂੰ ਕਹਿੰਦੇ ਜਨਾਨੀਆਂ ਦੇ ਸਿਰ ਤੇ ਫੋਲੋਵਰ ਨਾ ਲਓ, ਨਾ ਜਨਾਨੀਆਂ ਨੂੰ ਪ੍ਰਮੋਟ ਕਰੋ। ਤੇ ਪ੍ਰਮੋਟ ਵੀ ਕਿਵੇਂ ਕਰਦੇ ਆ? ਆਹ ਦੇਖੋ ਇਹਨੇ ਰੋਟੀ ਬਣਾਈ ਆ, ਆਹ ਦੇਖੋ ਇਹਨੇ ਦਾਲ ਬਣਾਈ, ਆਹ ਦੇਖੋ ਇਹਨੇ ਨਵਾਂ ਸੂਟ ਲਿਆ। ਉਦੋਂ ਕਦੋਂ ਦੇ ਲੋਕੀ ਕਹਿੰਦੇ ਵੀ ਨਾ ਕਰੋ ਨਾ ਕਰੋ, ਜਨਾਨੀਆਂ ਸਿਰੋਂ ਨਾ ਲਓ, ਹਨਾ। ਤੇ ਸਾਡੇ ਵਰਗੇ ਕੀ ਕਹਿ ਦਿੰਦੇ ਆ, ਇਹ ਆਹ ਦਿਖਾਈ ਜਾਂਦੇ ਰੋਟੀ ਬਣਾਉਂਦੀ ਦਿਖਾਈ ਜਾਂਦੇ, ਆਹ ਦਿਖਾਈ ਨੀ। ਤੇ ਬੈਡਰੂਮ ਚ ਵੀ ਬਣਾ ਦਿਆ ਕਰੋ ਬਲੌਗਿੰਗ। ਹੁਣ ਅਗਲੇ ਨੇ ਬੈਡਰੂਮ ਚ ਬਲੌਗਿੰਗ ਬਣਾਤੀ, ਕਹਿਤਾ ਜੇ ਮੈਂ ਹੂੰ, ਜੇ ਗੋਪੀ ਹੈ। ਤੇ ਹੁਣ ਆ ਸਿੰਪਥੀ ਵਾਲੇ, ਨਾ ਇਵੇਂ ਨਾ ਕਰੋ, ਇਵੇਂ ਨਾ ਕਰੋ, ਇਵੇਂ ਨਾ ਕਰੋ, ਕੀ ਨਾ ਕਰੀਏ ਯਾਰ। ਅਗਲਾ ਕਹਿਣ ਡਿਆ ਗਾਈਸ ਜੇ ਮੈਂ ਹੂੰ, ਗਾਈਸ ਗਾਈਸ ਕੌਣ ਆ ਜਿਹੜੇ ਅਸੀਂ ਦੇਖਦੇ ਆ ਬਲੌਗ? ਸਾਨੂੰ ਭਾਈ ਉਹਨੇ ਗਾਈਸ, ਜੇ ਹੁਣ ਅਸੀਂ ਸ਼ੇਅਰ ਨਾ ਕਰੀਏ ਕੀ ਕਰੀਏ ਬਈ, ਹੈਂ ਨਾ। ਬਾਹਲੇ ਸਿਆਣੇ ਨਾ ਬਣਿਆ ਕਰੋ ਹਰੇਕ ਗੱਲ ਵਿੱਚ, ਇੰਨਾ ਚਿਰ ਹੋ ਗਿਆ ਰੌਲਾ ਪਾਈ ਜਾਂਦੇ ਆ, ਨਾ। ਕੁੱਲੜ ਪੀਜੇ ਵਾਲਿਆਂ ਦੀ ਹੁਣ ਵੀਡੀਓ ਵਾਇਰਲ ਹੋ ਗਈ। ਬਹੁਤ ਬੰਦੇ ਸਿੰਪਥੀ ਜਿਤਾ ਰਹੇ ਆ, ਨਾ ਸ਼ੇਅਰ ਕਰੋ, ਡਿਲੀਟ ਕਰ ਦੋ, ਉੱਥੇ ਜਿਹਨੂੰ ਆਉਂਦੀ ਡਿਲੀਟ ਕਰ ਦੋ ਹੈ। ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਕਹਿੰਦਿਆਂ ਨੂੰ ਵੀ ਆਪਣੀਆਂ ਜਨਾਨੀਆਂ ਨਾ ਪ੍ਰਮੋਟ ਕਰੋ, ਜਿਹੜੇ ਆ ਬਲੌਗ ਬਣਾਉਂਦੇ ਆ। ਕਿੰਨਾ ਚਿਰ ਹੋ ਗਿਆ ਸਾਰੇ ਇਹਨਾਂ ਨੂੰ ਕਹਿੰਦੇ ਜਨਾਨੀ